सो की हाल है दोस्तों, गुड मॉर्निंग मेरे वालों सारे सत श्री अकाल, जय मसीह की। तो व्लॉग कर लिया अपन ने स्टार्ट, सवेर सवेर का टाइम है तो आप चलें चाचा जी के घर, क्योंकि चाचा जी की शर्ट है जी वो थोड़े बहुत उन्होंने लग रहा भी ये सही नहीं हैगी, इस करके आप उन्होंने घर शर्ट चेंज कर चले हैं। जी भी घंटा अच्छा जी लगता अच्छा ना मैं ही कह रहा अच्छा मन के चल है ना, इतने पढ़न का स्वाद आता है ना, कोई है किसी की कोई नहीं देखने वाला है, सही गल अच्छा रसोई एंडलैस चीज ਅੱਛਾ ਮੈਂ ਉਹੀ ਬਦੀਨ ਹੋਇਆ ਯਾਰ ਆਪਾਂ ਉਰੇ ਆਇਆ ਯਾਰ ਤੂੰ ਬਾਤ ਕਿਹਾ ਦਾ ਸੀਗਾ ਹਾਂ ਫੋਲਡ ਨੂੰ ਵੀ ਆ ਦੇ ਲੈ ਆ ਵੀ ਬੈਡ ਪਿਆ ਹਾਏ ਹਾਏ ਵੱਡਾ ਕੇ ਕੁਰਸੀ ਚਾਚਾ ਇਹ ਵੀ ਕੱਟ ਦੂੰ ਇਹ ਮੇਰੇ ਚਾਚੇ ਦਾ ਨਵਾਂ ਘਰ ਹੈ ਹਣੇ ਹਾਂ ਹਾਂ ਮੇਰੇ ਚਾਚੇ ਦੀ ਰਸੋਈ ਦਿਖਾਣਾ ਰਸੋਈ ਬੜੀ ਸੋਹਣੀ ਹੈ आप चाह बनाऊंगा आपके हथी चाह बना के पीवे नाले चाचे वास्ते तो नाले मैं अपने वास्ते तो जो मैं पता होगा रात है कौन कौन अच्छा मैनू कहते यार भी भैं जो इन चीजा ब्रांड पाई फिर भी लैके पाँगा है नहीं सही गल है अच्छा हो रहा कपड़े तो लिया रखे वजिए लिया रखे ने सारे हूँ इन्हें चो कि पानी तू दस कि फिर पा के दिखा चाचा चाचे ने तीन चार बारी शर्ट होर पाने की कोशिश करी पर दुबारे फिर यही पा ली चल आ भी ठीक लग रही है चाचे बाकी नालों तो चल ये भी ठीक लग रही है फाइनली हम लोकेशन पे पहुंच गए। इतने आपस में मिलनी हो रही है तो फाइनली गाइस हम मिलनी का टाइम है, साडे मामा जी मिलनी है। ये मामा जी की जगह पे लखी है अपना वीरा, ये डैडी जी मेरे मिलनी हो रही है।
ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਨੰਦ ਕਾਰਜ ਕਰਵਾਉਣ ਲਈ ਆਏ ਹੋਏ ਹੈਗੇ ਇੱਥੇ ਤਕਰੀਬਨ ਅੱਧਾ ਘੰਟੇ ਵਾਂਗੂ ਲੱਗ ਜਾਣਾਗਾ ਕੁਛ ਕੁ ਰਿਸ਼ਤੇਦਾਰ ਅੰਦਰ ਬੈਠੇ ਨੇਗੇ ਅਤੇ ਕੁਛ ਕੁ ਰਿਸ਼ਤੇਦਾਰ ਬਾਹਰ ਬੈਠੇ ਨੇਗੇ ਅਤੇ ਤਕਰੀਬਨ ਜਿਹੜੇ ਅੰਦਰ ਬੈਠੇ ਨੇ ਅਤੇ ਬਾਹਰ ਵੀ ਬੈਠੇ ਨੇ ਸਾਰਿਆਂ ਨੂੰ ਭੁੱਖ ਲੱਗੀ ਹੋਈ ਹੈ ਇਸ ਤੋਂ ਬਾਅਦ 'ਚੋਂ ਸਾਰਿਆਂ ਨੇ ਜਾ ਕੇ ਥੋੜ੍ਹੀ ਥੋੜ੍ਹੀ ਰੋਟੀ ਖਾਣਗੇ ਅਤੇ ਆਪਣੇ ਆਪਣੇ ਹਿਸਾਬ ਨਾਲ ਅਤੇ ਚਲੋ ਚੱਲਦੇ ਹੈਗੇ ਅਤੇ ਹੁਣ ਮੁੰਡਾ ਅਤੇ ਕੁੜੀ ਆਉਣ ਲੱਗੇ ਨੇਗੇ ਬਾਹਰ ਅਤੇ ਤਕਰੀਬਨ ਆਨੰਦ ਕਾਰਜ ਹੋ ਗਏ ਆ ਜਾਓ ਮੰਮੀ ਆ ਲੱਖੀ ਡਾਊਨ ਹੈ ਡਾਊਨ ਲੱਖੀ ਡਾਊਨ ਅਤੇ ਆ ਅਤੇ ਲੱਖੀ ਦੇ ਸਾਰੇ ਦੋਸਤ ਨੇਗੇ ਜਿਹੜੇ ਸਾਡੇ ਨਾਨਕੇ ਤੋਂ ਆਏ ਨੇਗੇ ਵੀਰੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੈ ਨਾ ਹੁਣ ਰੀਬਨ ਕੱਟਣ ਦੀ ਵਾਰੀ ਹੈ ਐਂਟਰੀ ਹੋ ਗਈ ਸਾਡੀ ਹੈ ਨਾ 11 ਵੱਜ ਗਏ ਅਤੇ ਹੁਣ ਹਾਂ 1:11 ਹੋ ਗਏ ਅਤੇ ਰੀਬਨ ਪਹਿਲੀ ਕੱਟਿਆ ਕਟਾਇਆ ਹੀ ਲੈ ਕੇ ਆਏ ਨੇ ਇਹਨੂੰ ਕੀ ਕੱਟਣਾ ਹੁਣ ਦੱਸੋ ਹੈ ਤਾਂ ਮੇਰੀ ਟੀਮ ਮੇਰੇ ਨਾਲ ਮੈਂ ਮੇਰੀ ਟੀਮ ਦਿਖਾਉਣਾ ਗਾ ਖੜ੍ਹ ਤੋਂ ਪਰ ਐਨਕਾਂ ਮੇਰੇ ਜਦੋਂ ਸੋਹਣੀ ਲੱਗਦੀ ਮਾਮਾ ਜੀ ਖਤਰਨਾਕ ਡਾਂਸ ਕਰਦੇ ਹੋਏ ਤਾਂ ਫਾਈਨਲੀ ਰੀਬਨ ਕੱਟਿਆ ਗਿਆ ਸਭ ਤੋਂ ਪਹਿਲਾਂ ਵੀਰੂ ਨੇ ਭਰੀ ਆਪਣੀ ਪਲੇਟ ਅਸੀਂ ਸਾਰੇ ਜਣੇ ਹੈ ਨਾ ਹੁਣ ਰੋਟੀ ਖਾਣ ਦਾ ਪੂਰਾ ਸੁਭਾਅ ਰਹਿ ਗਿਆ ਸਾਰੇ ਜਣੇ ਇਕੱਠੇ ਖਾਣ ਲੱਗ ਰਹੇ ਆਹ ਸਾਰੀਆਂ ਮੇਰੇ ਸਿਸਟਰਾਂ ਨੇ ਜੀ ਸਾਰੀਆਂ ਹਾਂ ਇਹਨੇ 'ਚ ਫੁਕਰੀ ਹੋਊਗੀ ਜਿਹੜੀ ਉਹ ਹੱਥ ਲਿਆਊਗੀ ਜਿਹੜੀ ਫੁਕਰੀ ਹੋਊਗੀ ਹੱਸੂਗੀ ਉਹ ਜਿਹੜੀ ਫੁਕਰੀ ਹੋਊਗੀ ਹੱਸੂਗੀ ਦੇਖੀ ਸਾਰੀ ਫੁਕਰੀਆਂ ਨੇ ਤਾਂ ਕਮਾਲ ਦੀ ਗੱਲ ਆ ਆਹ ਕੁੜੀ ਨਹੀਂ ਹੱਸਦੀ ਉਹ ਵੀ ਹੱਸ ਪੀ ਲੈ ਐ ਮੇਰਾ ਭਾਈ ਆ ਜਿਹਨੂੰ ਇਹ ਮੈਂ ਇਹਨਾਂ ਦਾ ਭਾਈ ਹੈਗਾ ਮੈਨੂੰ ਸਭ ਪਤਾ ਨੌਲੇਜ ਮੈਂ ਬਹੁਤ ਫੁਕਰਾ ਤਾਂ ਫੁਕਰੀ ਘੱਟ ਮਾਰ ਭਾਬੀ ਨੂੰ ਕਿਉਂਕਿ ਭਾਬੀ ਕਦੋਂ ਰੋਣ ਲੱਗ ਗਈ ਕਾਫੀ ਹਨੇਰਾ ਹੋ ਗਿਆ ਪਰ ਹੁਣ ਅਸੀਂ ਘਰੇ ਪਹੁੰਚ ਗਏ ਹੁਣ ਗੱਡੀ ਆ ਗਈ ਆਪਣੀ ਪਹੁੰਚ ਗਈ ਤੇ ਆਪਾਂ ਆਪਣੇ ਘਰੇ ਪਹੁੰਚ ਗਏ
तो फाइनली दोस्तों हुण करदे आं ब्लॉग दा एंड। तो काफ़ी टाइम हो गया, ब्लॉग भी काफ़ी बड़ा हो गया, तो हुण वारी आ दोस्तों घर जाण दी। सारयां नूं करदे आं बाय बाय, तो ब्लॉग दा करदे आं एंड। ओके बाय सारयां नूं। हां वीरू गल सुन मेरी। यस। कपड़े कित्थों लै के आईयां? लुधियाने तों मतलब भी जे दस दस दिया मिलदिया ने, भी मिलते ने तां वीरू 50 रुपए दे विच तैयार हुई है।